ਹਾਂਜੀ ਵੀਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਇੰਦਰਜੀਤ ਸਿੰਘ ਬੱਲੋਵਾਲੀਆ ਜੀ। ਅਤੇ ਵੀਰੋ, ਤੁਸੀਂ ਜਿਹੜੀ ਗੱਲ ਕਰ ਰਹੇ ਆ, ਵੀ ਜਿਹੜੀ ਮੈਂ ਇੱਕ ਵੀਡੀਓ ਪਾਈ ਸੀਗੀ, ਜੋ ਟੋਰਾਂਟੋ ਸ਼ਹਿਰ ਦੇ ਵਿੱਚ ਨਗਰ ਕੀਰਤਨ ਨਿਕਲਿਆ ਸੀਗਾ, ਜਿਹਦੇ ਵਿੱਚੋਂ ਬੀਬੀਆਂ ਨੂੰ ਬਾਹਰ ਕੱਢ ਦਿੱਤਾ ਗਿਆ ਸੀ, ਅਤੇ ਉਸ ਸੰਬੰਧ ਵਿੱਚ ਜਿਹੜੀ ਵੀਡੀਓ ਪਾਈ ਸੀਗੀ ਅਸੀਂ, ਅਤੇ ਉਹਦੇ ਬਿਹਾਫ 'ਤੇ ਤੁਸੀਂ ਮੈਨੂੰ ਵੱਧ ਘੱਟ ਵੀ ਬੋਲ ਰਹੇ ਨੇ ਵੀਰ, ਅਤੇ ਇੱਕ ਦੋ ਗਰੁੱਪ ਵੀ ਇਹਨਾਂ ਨੇ ਤੁਸੀਂ ਬਣਾਏ ਹੋਏ ਆ, ਇੱਕ ਬੱਬਰ ਸ਼ੇਰਾਂ ਦਾ ਗਰੁੱਪ ਜਾਂ ਇੱਕ 96 ਦੀ ਕਤੀੜ, ਅਤੇ ਉਹ ਗਰੁੱਪਾਂ 'ਚ ਤੁਸੀਂ ਮੇਰੇ ਨਾਲ ਗੱਲਬਾਤ ਕਰਨੀ ਚਾਹੁੰਦੇ ਸੀਗੇ। ਮੈਂ ਤੁਹਾਨੂੰ ਕਿਹਾ ਸੀ ਵੀ ਜਿਹੜੀ ਗੱਲ ਕਰਨੀ ਆ ਆਮ ਦੂਜੇ ਗਰੁੱਪਾਂ 'ਚ ਆਣ ਕੇ ਕਰ ਲਵੋ ਸਾਰਿਆਂ ਦੇ ਸਾਹਮਣੇ, ਠੀਕ ਹੈ ਜੀ। ਅਤੇ ਮੈਂ ਹਾਂ ਵੀਡੀਓ ਅਸੀਂ ਪਾਈ ਆ ਉਹ, ਅਤੇ ਜਿਹਦੇ ਵਿੱਚ ਅਸੀਂ ਗੱਲ ਆਖੀ ਆ ਕਿ ਅਕਾਲ ਤਖਤ ਦੀ ਪੰਥਕ ਰਹਿਤ ਮਰਿਆਦਾ ਦੇ ਅਨੁਸਾਰ ਬੀਬੀਆਂ ਵੀ ਪੰਜਾਂ ਸਿੰਘਾਂ ਦੇ ਵਿੱਚ ਸੇਵਾ ਨਿਭਾ ਸਕਦੀਆਂ, ਕੋਈ ਉਹਨਾਂ ਦੇ ਉੱਪਰ ਰੈਸਟ੍ਰਿਕਸ਼ਨ ਨਹੀਂ ਹੈਗੀ, ਕੋਈ ਵੀ ਪਾਬੰਦੀ ਨਹੀਂ ਹੈਗੀ। ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਇਹ ਤਾਂ ਹੁਣ ਇੰਨਾ ਆਪਣਾ ਲੰਬਾ ਚੌੜਾ ਕਰਨ ਦਾ ਕੋਈ ਮਤਲਬ ਹੀ ਨਹੀਂ। ਪਹਿਲੀ ਗੱਲ, ਜਦੋਂ ਇਤਿਹਾਸ ਗਵਾਹ ਵਾ, ਗੁਰੂ ਸਾਹਿਬ ਜੀ ਨੇ ਸਿਰ ਮੰਗੇ ਸੀ, ਉਦੋਂ ਕਿਸੇ ਦਾ ਕਹਿਣਾ ਸੀਗਾ ਵੀ ਬੀਬੀਆਂ ਦਵੋ ਜਾਂ ਵੀ ਮਰਦ ਦਵੋ, ਠੀਕ ਆ ਜੀ। ਉਦੋਂ ਸਿਰ ਬੀਬੀਆਂ ਵੀ ਦੇ ਸਕਦੀਆਂ, ਪਰ ਬੀਬੀਆਂ ਨੇ ਦਿੱਤੇ ਨਹੀਂ, ਇਸ ਕਰਕੇ ਕਿਤੇ ਮਰਦ ਇਸਤਰੀ ਨਹੀਂ ਹੋ ਸਕਦਾ ਬਿਨਾਂ ਇਸਤਰੀ ਨੂੰ ਪੂਜੇ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾ ਤੂੰ ਭੈਣ ਦਾ ਯਾਰ, ਕਿਹੜਾ ਮੈਨੂੰ ਗੱਲ ਦੱਸ, ਤੂੰ ਕਿਹੜੇ ਪਾਸੇ ਸਿੱਖ ਆ? ਤੇਰਾ ਅੰਮ੍ਰਿਤ ਛਕਿਆ ਵਾ? ਮੈਨੂੰ ਪਹਿਲਾਂ ਇਹ ਦੱਸ, ਤੂੰ ਮੂੰਹ 'ਚ ਹੁਣ ਮੇਰਾ ਗਾਲਾਂ ਕਢਵਾਉਂਦਾ ਵਾ ਸਾਲਿਆ, ਵੀ ਪਹਿਲਾਂ ਸੇ ਪਿਆਰ ਦਾ ਪਹਿਲਾਂ ਕੋਈ ਕਹਿੰਦਾ ਨਹੀਂ, ਦੂਜੀ ਤਾਂ ਛੱਡੀਦਾ ਨਹੀਂ, ਠੀਕ ਹੈ ਨਾ। ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਵੀ ਛਿੱਤਰ ਖਾਈ ਚੱਲੋ ਅੱਗੋਂ, ਜਦ ਬਕਵਾਸ ਸੁਣੀ ਚੱਲੋ। ਗੁਰੂ ਸਾਹਿਬ ਨੇ ਜੇ ਇੱਕ ਬਕਵਾਸ ਹੁੰਦਾ, ਬਕਵਾਸ ਜੇ ਅਗਲਾ ਬੋਲਦਾ ਤਾਂ ਇਹਨੂੰ ਸਮਝਾਓ, ਜੇ ਨਹੀਂ ਸਮਝਦਾ ਤਾਂ ਛਿੱਤਰ ਫੇਰੋ। ਜਿਹੜਾ ਕੌਮ 'ਚ ਦੁਵਿਧਾ ਪੈਦਾ ਕਰੂ ਉਹਦਾ ਛਿੱਤਰ ਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਲੀ ਸਾਹਿਬ, ਉਹ ਬਲੀ ਸਾਹਿਬ ਕੀ ਗੱਲਾਂ ਕਰੇ ਨੇ ਬਲੀ ਸਾਹਿਬ, ਇੱਦਾਂ ਕੰਮ ਨਾ ਕਰੋ ਤੁਸੀਂ ਵਿਚਾਰਿਆਂ ਦਾ ਕਰੇ। ਜੇ ਤੁਸੀਂ ਇੱਦਾਂ ਦਾ ਕੁਝ ਕੀਤਾ ਤਾਂ ਸਿੰਘਾਂ ਨੇ ਜੁੱਤੀ ਬਹੁਤ ਫੇੜਨੀ ਹੈ ਜੀ ਤੁਹਾਡੇ। ਬੁਰਾ ਨਾ ਮੰਨਿਓ, ਇਹ ਜਾਇਜ਼ ਗੱਲਾਂ ਨੇ ਜੀ। ਕੋਈ ਵੀ ਸਿੱਖ ਆ ਜਿਹੜੇ ਤੁਸੀਂ ਰੈਤ ਮਰਿਆਦਾ ਭੰਗ ਕਰਨ ਦੀ ਸੋਚੋਗੇ ਨਾ, ਕੋਈ ਵੀ ਰੈਤ ਮਰਿਆਦਾ ਨੂੰ ਵਿੱਚ ਬੀਬੀਆਂ ਵੜੋਗੇ ਤਾਂ ਜੁੱਤੀ ਬਹੁਤ ਫੇੜਨੀ ਆ। ਹਾਂ ਇਹ ਆ ਵੀ ਬਾਹਰ ਜਿਵੇਂ ਸਿਮਰਨ ਕਰਾ ਸਕਦੀਆਂ ਬੀਬੀ, ਕਕਾਰ ਚੈੱਕ ਕਰ ਸਕਦੀਆਂ ਨੇ, ਹੈ ਨਾ, ਬਾਹਰ ਬਹਿ ਕੇ ਝਾੜੂ ਲਗਾ ਸਕਦੇ, ਇੱਦਾਂ ਦੀ ਸੇਵਾ ਕਰ ਸਕਦੇ। ਪੰਜ ਪਿਆਰੇ ਤਾਂ ਪੰਜ ਪਿਆਰੇ ਹੀ ਸ਼ਾਮਿਲ ਹੋਣੇ ਨੇ ਭਾਈ ਸਾਹਿਬ ਜੀ, ਠੀਕ ਆ ਜੀ। ਅਤੇ ਬਾਕੀ ਮੈਨੂੰ ਇਹ ਦੱਸਿਓ ਮਾੜਾ ਜਿਹਾ ਆਪਣਾ ਬੱਲੀ ਸਾਹਿਬ, ਤੁਸੀਂ ਕੋਈ ਮਾਲ ਪੱਤਾ ਤਾਂ ਨਹੀਂ ਛੱਕਦੇ? ਛੱਕਦੇ ਤਾਂ ਦੱਸ ਦਿਓ। ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੱਲੋਵਾਲ, ਟੱਪਣੀਆਂ ਮਾਰਨੀਆਂ ਛੱਡ ਦੇ ਅਤੇ ਸਿੱਧਾ ਹੋ ਕੇ ਬਚਾ। 40-55 ਵਾਲੇ ਬੱਲੀ ਸ਼ਰਮਾ ਕੁੱਤੇ ਦੇ ਬੱਚੇ, ਬੀਬੀਆਂ ਕਿੰਨੀ ਦੇਰ ਤੱਕ ਨਿਭਾ ਲਏਗਾ? ਖੜ ਜਾ ਹੁਣ, ਥੋੜ੍ਹੀ ਚਿਰ ਹੋਰ ਆ, ਤੁਹਾਡਾ ਕੰਮ ਇੱਕ ਬੰਦ ਕਰਾਵਾਂਗੇ, ਮਿਸ਼ਨਰੀ ਕਾਲਜ ਵਾਲਾ ਤੁਹਾਡਾ ਕੰਮ ਬੰਦ ਕਰਾਉਂਦੇ ਆ, ਖੜ ਜਾ। ਅੱਛਾ ਜੀ, ਬੱਲੀ ਸਾਹਿਬ ਜੀ, ਗੱਲ ਤਾਂ ਤੁਹਾਡੀ ਤੁਸੀਂ ਕਹਿ ਰਹੇ ਹੋ ਵੀ ਇੱਦਾਂ। ਬੱਲੀ ਸਾਹਿਬ ਜੀ, ਮੈਨੂੰ ਇਹ ਦੱਸੋ, ਇੰਨੇ ਚਿਰ ਤੋਂ ਰਹਿਤ ਮਰਿਆਦਾ ਤੁਰੀ ਆ ਰਹੀ ਆ, ਵੀ ਤੁਸੀਂ ਹੂ ਆ ਰਹੀ ਹੋ ਚੇਂਜ ਦਿਸ ਮਰਿਆਦਾ, ਤੁਸੀਂ ਕੌਣ ਹੋ? ਕੌਣ ਹੋ ਤੁਸੀਂ ਮੈਨੂੰ ਇਹ ਦੱਸੋ, ਤੁਹਾਡੀ ਪਹਿਚਾਣ ਕੀ ਆ? ਤੁਸੀਂ ਕੌਣ ਹੁੰਦੇ ਹੋ ਮਰਿਆਦਾ ਨੂੰ ਚੇਂਜ ਕਰਨ ਵਾਲੇ? ਇਕੱਲੇ ਸਾਰਾ ਪੰਥ ਇੱਕ ਸਾਈਡ 'ਤੇ, ਤੁਸੀਂ ਇਕੱਲੇ 13ਵੇਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ 939 ਵਾਲੀ ਵੀਰ ਜੀ ਦੇ ਨਾਲ ਸਾਰੇ ਵਿਚਾਰ ਕਰੋ ਭਾਈ, ਬਾਕੀ ਸਾਰੇ ਵੀਰਾਂ ਨੂੰ ਬੇਨਤੀ ਹੈ ਰਿਕਾਰਡਿੰਗਾਂ ਬੰਦ ਕਰੀਏ ਅਤੇ ਆਪਾਂ ਬੱਲੋਵਾਲ ਜੀ ਦੇ ਨਾਲ ਵਿਚਾਰ ਕਰੀਏ। ਹਾਂਜੀ ਹਾਂਜੀ ਸਰਦਾਰੋ, ਪਹਿਲਾਂ ਇਹ ਦੱਸੋ ਵੀ ਤੁਸੀਂ ਮਰਿਆਦਾ ਨੂੰ ਪੜ੍ਹਿਆ? ਪੰਥ ਪ੍ਰਵਾਨਤ ਰਹਿਤ ਮਰਿਆਦਾ ਜੇ ਤਾਂ ਪੜ੍ਹੀ ਆ, ਫਿਰ ਗੱਲਬਾਤ ਆਪਾਂ ਕਰਾਂਗੇ, ਉੱਦਾਂ ਨਹੀਂ ਕਰਨਾ। ਬਾਕੀ ਉਹ ਵੀਡੀਓ ਵੀਰ ਨੇ ਲਿਆ ਕੇ ਭਾਰਤੀ ਦਲਜੀਤ ਸਿੰਘ ਜੀ ਨੇ, ਮੇਰਾ ਖਿਆਲ ਧੰਨਵਾਦ ਉਹਨਾਂ ਦਾ ਬਹੁਤ ਬਹੁਤ। ਅਤੇ ਉਹ ਵੀਡੀਓ ਚੰਗੀ ਤਰ੍ਹਾਂ ਗੌਰ ਨਾਲ ਵੇਖ ਲਓ, ਜੇ ਇੱਕ ਵਾਰ ਨਹੀਂ ਵੇਖਣੀ ਤਾਂ ਬੂਟਾ ਸਿੰਘ ਜੀ ਉਹਨੂੰ 4-5 ਵਾਰ ਦੇਖੋ, ਜ਼ਰੂਰ ਦੇਖੋ ਗੌਰ ਨਾਲ ਪਿਆਰ। ਆਪ ਜੀ ਦਾ US ਮੀਡੀਆ ਤੋਂ ਵੀਰ ਜੀ, ਆਪ ਜੀ 47-47 ਵਾਲਿਆਂ ਦਾ ਅਤੇ 1984 ਕੈਨੇਡੀਅਨ ਪੰਜਾਬੀ ਨੈਟਵਰਕ ਵਾਲਿਆਂ ਵੀਰ ਜੀ, ਦਾਸ ਹਰਮਿੰਦਰ ਸਿੰਘ ਮਲੇਸ਼ੀਆ ਤੋਂ, ਅਤੇ ਵੈਸੇ ਦਾਸ ਦਾ ਜਿਹੜਾ ਸ਼ਹਿਰ ਕਪੂਰਥਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਜੀ ਆਹ ਸਿੰਘ ਨੂੰ ਦੁਬਾਰਾ ਪਾ ਲਿਆ ਜਾਊਗਾ, ਕੋਈ ਇਹੋ ਜਿਹੀ ਗੱਲ ਨਹੀਂ ਵੀ ਇਹ ਵਿੱਚ ਟੰਗ ਉਡਾ ਰਿਹਾ ਸੀਗਾ ਬਿਨਾਂ ਵਜ੍ਹਾ। ਅਸੀਂ ਸਵਾਲ ਪੁੱਛਣ ਬਾਬਾ ਜੀ ਤੁਹਾਨੂੰ ਇੱਕ ਗੱਲ ਮੈਂ ਪੁੱਛ ਚੁੱਕਿਆ ਹੋਇਆ ਪਹਿਲਾਂ, ਵੀ ਤੁਸੀਂ ਅੰਮ੍ਰਿਤ ਛਕਿਆ? ਮੈਨੂੰ ਇਸ ਗੱਲ ਦਾ ਜਵਾਬ ਦੇ ਦਿਓ। ਬੂਟਾ ਸਿੰਘ ਲੰਬੜਦਾਰ ਜੀ, ਤੁਹਾਡਾ ਧੰਨਵਾਦ ਬਹੁਤ ਬਹੁਤ। ਤੁਸੀਂ ਦਲਜੀਤ ਸਿੰਘ ਜੀ ਨੂੰ ਦੁਬਾਰੇ ਐਡ ਕਰ ਲਿਆ, ਆਪਣਾ ਵੀਰ ਬਹੁਤ ਸੂਝਵਾਨ ਆ, ਅਤੇ ਤੁਸੀਂ ਤਾਂ ਐਵੇਂ ਲਾਪੇ ਕਹਿਣ ਜੀ ਟੰਗ 'ਚ ਕੰਮ 'ਚ ਟੰਗ ਅੜਾ ਰਿਹਾ ਵੀਰ,
ਉਹਨਾਂ ਦਾ ਵੀਰ ਨੇ ਇਹੀ ਕਿਹਾ ਸੀਗਾ ਵੀ ਇਹ ਕੀ ਸ਼ੁਰੂ ਕਰਨ ਲੱਗੇ ਤੁਸੀਂ, ਪੁੱਛਿਆ ਸੀਗਾ ਆਪਣੇ ਦਲਜੀਤ ਸਿੰਘ ਜੀ ਨੇ ਪਰ ਤੁਹਾਨੂੰ, ਤੁਸੀਂ ਗਰਮ ਬਹੁਤ ਚੱਲਦੇ ਆ ਵੀਰ ਮੇਰਾ ਬੂਟਾ ਸਿੰਘ ਜੀ, ਥੋੜ੍ਹਾ ਜਿਹਾ ਹੈ ਨਾ। ਹਾਂਜੀ, ਅੱਜ ਦੇਖ ਕੇ ਵਿਚਾਰਾਂ ਸਾਰੇ ਵੀਰਾਂ ਦੀ ਲੱਗ ਰਿਹਾ ਆ ਵੀ ਵਾਕਿਆ ਵੀ ਇਹ ਸਿੱਖ ਪੰਥ ਅਤੇ ਸਿੱਖ ਸੋਚ 'ਤੇ ਪਹਿਰਾ ਦੇ ਰਹੇ ਆ। ਸਾਰੇ ਵੀਰ ਬਹੁਤ ਵਧੀਆ ਵਿਚਾਰਾ ਕਰ ਰਹੇ ਆ ਅਤੇ ਅੱਜ ਦਿਨ ਸ਼ੁੱਕਰਵਾਰ ਵਾ ਅਤੇ ਬਿਜ਼ੀ ਬਹੁਤ ਵਾ ਅਤੇ ਗੱਲਬਾਤ ਕਿਤੇ ਨਾ ਕਿਤੇ ਤੁਹਾਡੀ ਸੁਣ ਰਹੇ ਹਾਂ, ਪਰ ਆਪਾਂ ਨੂੰ ਆਪਣੇ ਇਤਿਹਾਸ ਵੱਲ ਦੇਖ ਕੇ ਹੀ ਚੱਲਣਾ ਚਾਹੀਦਾ। ਜੇ ਉੱਥੇ ਪੰਜ ਪਿਆਰਿਆਂ ਨੇ ਸਿਰ ਦਿੱਤੇ ਆ, ਸੋ ਪੰਥ ਵੀ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਆ, ਆਪੇ ਗੁਰ ਚੇਲੇ ਦੀ ਵੀ ਉੱਥੇ ਗੱਲਬਾਤ ਹੋਈ ਆ। ਸੋ ਆਪਾਂ ਨਾ ਚੇਂਜ ਕਰੀਏ ਇਹ, ਜੇ ਉੱਥੋਂ ਪੰਜ ਪਿਆਰਿਆਂ ਨੇ ਸਿਰ ਦਿੱਤੇ ਸੀ ਤਾਂ ਪੰਜਾਂ ਦੀ ਮਰਿਆਦਾ ਰੱਖੀਏ ਤਾਂ ਉਹੀ ਵਧੀਆ ਲੱਗੂਗਾ। ਹੁਣ ਆਪਾਂ ਜੇ ਬੀਬੀਆਂ ਨੂੰ ਲਾਉਂਦੇ ਹਾਂ ਪੰਜਾਂ ਨੂੰ, ਫਿਰ ਆਪਾਂ ਪੰਜ ਪਿਆਰੇ ਤੁਰੋ ਕਹਿ ਸਕਦੇ, ਫਿਰ ਪੰਜ ਪਿਆਰੀਆਂ ਕਹਿ ਸਕਦੇ ਹਾਂ ਆਪਾਂ। ਫਿਰ ਆਪਾਂ ਉਹ ਪੰਜ ਪਿਆਰੇ ਇੱਕ ਪੰਥ ਵਾ ਅਤੇ ਹੁਣ ਪੰਜ ਪਿਆਰੀਆਂ ਲਾ ਕੇ ਆਪਾਂ ਉਹਨਾਂ ਨੂੰ ਪੰਜ ਆਪਾਂ ਸਿੱਖ ਪੰਥ ਨਹੀਂ ਫਿਰ ਸਿੱਖ ਪੰਥ ਹੀ ਕਹਾਂਗੇ। ਸੋ ਇਹ ਚੀਜ਼ਾਂ ਦਾ ਫਰਕ ਵਾ ਜੀ, ਮੇਲ ਅਤੇ ਫੀਮੇਲ ਦਾ। ਸੋ ਇਹ ਤੁਸੀਂ ਕਿੱਦਾਂ ਕਹਿ ਦੂੰਗੇ? ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ। ਹਾਂ ਬੱਲੀ ਸ਼ਰਮਾ, ਗੱਲ ਹੈਗੀ ਇਸ ਤਰ੍ਹਾਂ ਵੀ ਸਾਨੂੰ ਨਾ ਇਹ ਟ੍ਰੇਨਿੰਗ ਮਿਲੀ ਆ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਤੋਂ ਵੀ, ਕਹਿੰਦੇ ਮੀਰੀ ਅਤੇ ਪੀਰੀ ਦੋਨੋਂ ਹੋਣੀ ਚਾਹੀਦੀਆਂ। ਜਿਹੜਾ ਗੁਰੂ ਦਾ ਸਿੰਘ ਆ ਉਹ ਸੰਤ ਅਤੇ ਸਿਪਾਹੀ ਵੀ ਹੋਣਾ ਚਾਹੀਦਾ। ਤੂੰ ਸੰਤਾਂ ਵਾਲੀ ਭਾਸ਼ਾ ਨਹੀਂ ਸਮਝੀ ਅਤੇ ਹੁਣ ਤੈਨੂੰ ਸਿਪਾਹੀਆਂ ਵਾਲੀ ਭਾਸ਼ਾ ਨਾਲ ਸਮਝਾ ਰਹੇ ਹਾਂ। ਹੁਣ ਤੂੰ ਜੇ ਕੋਲੇ ਹੁੰਦਾ ਫਿਰ ਤੇਰੇ ਛਿੱਤਰ ਫੇਰਦੇ, ਹੁਣ ਤੂੰ ਕੋਲੇ ਨਹੀਂ ਹੈਗੇ, ਤੈਨੂੰ ਹੁਣ ਗਾਲਾਂ ਨਾਲ ਤੇਰੇ ਨਾਲ ਸਾਰਦੇ ਪਏ ਆ। ਤੂੰ ਮੂਹਰੇ ਆ ਜੀ, ਤੇਰੇ ਛਿੱਤਰ ਵੀ ਫੇਰਾਂਗੇ, ਤੈਨੂੰ ਵਿਚਾਲ ਵੀ ਪਾੜਾਂਗੇ। ਹੁਣ ਤੂੰ ਕੋਲੇ ਨਹੀਂ ਹੈਗੇ, ਹੁਣ ਤੈਨੂੰ ਗਾਲਾਂ ਨਾਲ ਸਾੜਨਾ ਪੈਣਾ ਵਾ, ਠੀਕ ਹੈ ਨਾ? ਅਤੇ ਤੇਰੀ ਤਾਂ ਬੋਦੀਆਂ ਘੁਮਾ ਦੂੰ ਮੈਂ ਤਾਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰੋ, ਮੈਂ ਥੋੜ੍ਹੀਆਂ ਬਹੁਤ ਵਿਚਾਰਾਂ ਸੁਣੀਆਂ ਨੇ ਅਤੇ ਮੈਂ ਇੱਕ ਬੇਨਤੀ ਕਰਨ ਜਾ ਰਿਹਾ ਜੀ, ਮੈਨੂੰ ਜਵਾਬ ਜ਼ਰੂਰ ਦਿਓ। ਵੀਰ ਜੀ, ਜਦੋਂ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤਾ ਸੀਗਾ ਕੰਮ, ਉਦੋਂ ਵੀ ਬੜੇ ਲੋਕ ਐਸੇ ਸੀਗੇ ਜਿਹੜੇ ਵਿਰੋਧੀ ਸੀਗੇ, ਪਰ ਗੁਰੂ ਨਾਨਕ ਸਾਹਿਬ ਨੇ ਕਿਤੇ ਗਾਲਾਂ ਨਹੀਂ ਦਿੱਤੀਆਂ ਉਹਨਾਂ ਨੂੰ। ਮੈਨੂੰ ਜਿੱਥੋਂ ਤੱਕ ਸਤਿਗੁਰੂ ਜੀ ਦੀ ਬਾਣੀ ਨੇ ਗਿਆਨ ਬਖਸ਼ਿਆ ਹੈ, ਅਤੇ ਨਾਲੇ ਜਦੋਂ ਅਸੀਂ ਖਾਲਸਾ ਮੇਰੋ ਰੂਪ ਹੈ ਖਾਸ ਅਸੀਂ ਮੰਨ ਲਈਏ, ਜੇ ਚਲੋ ਆਪਾਂ ਬਹੁਤਾ ਖਲਾਰਾ ਨਾ ਪਾਈਏ ਅਤੇ ਸੀਮਤ ਦਾਇਰੇ 'ਚ ਰਹਿ ਕੇ ਅਤੇ ਘੱਟ ਆਡੀਓ ਪਾ ਕੇ ਅਤੇ ਕੰਮ ਦੀ ਗੱਲ ਕਰੀਏ। ਬੱਲੋਵਾਲ ਸਾਹਿਬ ਜੀ, ਬੱਲੋਵਾਲ ਸਾਹਿਬ ਪਹੇਲੀਆਂ ਪਾਉਣ ਆਏ ਹਾਂ ਜੀ। ਮੈਂ ਸੱਚੀ ਗੱਲ ਦੱਸਾਂ ਆਪਣੇ ਚੌਧਰੀ ਸਾਹਿਬ, ਤੁਸੀਂ ਨਾ ਹੁਣ ਤੁਸੀਂ ਕਿਹਾ ਤਾਂ ਸਾਨੂੰ ਆ ਵੀ ਉੱਥੇ ਜਿਹੜੇ ਉਹ ਬਿਨਾਂ ਦਿਮਾਗ ਬੱਲੋਵਾਲ ਸਾਹਿਬ ਜਾਂ ਹੋਰ ਵੀ ਜਿਹੜਾ ਸਿੰਘ ਕੋਈ ਵੀ ਜੋ ਇਸ ਗੱਲ ਦੀ ਹਾਮੀ ਭਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੱਲੀ ਸ਼ਰਮਾ ਓਏ, ਉਹ ਬੱਲੀ ਸ਼ਰਮਾ ਗੱਲ ਸੁਣ, ਜਦ ਤੇਰੇ ਫੱਫੜਾਂ ਨੇ ਤੈਨੂੰ ਬੱਬਰ ਸ਼ੇਰਾਂ ਦੇ ਗਰੁੱਪ 'ਚ ਐਡ ਕੀਤਾ ਸੀ, ਉੱਥੇ ਬੋਲਿਆ ਕਿਉਂ ਨਹੀਂ? ਉੱਥੇ ਤੇਰੇ ਕੀ ਅੜ ਗਿਆ ਸੀ ਸੰਘ 'ਚ? ਹੈ, ਉੱਥੇ ਤੇਰੇ ਡੰਡਾ ਅੜ ਗਿਆ ਸੀ ਤੇਰੇ ਸੰਘ 'ਚ? ਉੱਥੇ ਨਹੀਂ ਬੋਲਿਆ? ਬੋਲੋ, ਜਦੋਂ ਮੈਂ ਬੁਲਾਉਂਦਾ ਸੀ ਬੋਲ, ਉੱਥੇ ਸਾਲਿਆ ਤੂੰ ਬੋਲਿਆ ਨਹੀਂ ਹੈਗਾ, ਹੁਣ ਤੂੰ ਬੋਲਣ ਲੱਗਿਆ ਵਾ। ਤੇਰਾ ਖਾਧਾ ਕੀ ਹੋਇਆ ਪਹਿਲਾਂ ਮੈਨੂੰ ਇਹ ਦੱਸ। ਸਾਲਾ ਚਾਵਲ ਕਿਸੇ ਥਾਂ ਦਾ ਨਾ, ਮਾਰ ਮਾਰ ਥੱਪੜ ਤੇਰੇ ਮੈਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 2459 ਵਾਲੇ ਭਾਈ ਸਾਹਿਬ ਜੀ, ਵਾਦ ਵਿਵਾਦ ਕੌਣ ਖੜਾਈ ਕਰ ਰਿਹਾ ਹੈ ਅਤੇ ਕੌਮ ਵਿੱਚ ਦੁਵਿਧਾ ਸ਼ੰਕਾਵਾਂ ਕੌਣ ਉਪਾ ਰਿਹਾ, ਇਹ ਤਾਂ ਜੱਗ ਜ਼ਾਹਿਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਬੜੇ ਦੁੱਖ ਦੀ ਗੱਲ ਹੈ ਕਿ ਇੰਦਰਜੀਤ ਸਿੰਘ ਬੱਲੋਵਾਲੀਏ ਨੂੰ ਇਸ ਗੱਲ ਤੋਂ ਗਾਲਾਂ ਗੰਦੀਆਂ ਕੱਢੀਆਂ ਗਈਆਂ ਕਿ ਬੱਲੋਵਾਲੀਆ ਮਰਦਾਂ ਅਤੇ ਔਰਤਾਂ ਦੀ ਬਰਾਬਰਤਾ ਦੀ ਗੱਲ ਕਿਉਂ ਕਰਦਾ, ਜੋ ਟੋਰਾਂਟੋ ਵਿੱਚ ਗੱਲ ਹੋਈ ਆ, ਅਤੇ ਕਿ ਮਰਦਾਂ ਅਤੇ ਔਰਤਾਂ ਦੀ ਬਰਾਬਰਤਾ ਦੀ ਗੱਲ ਕਿਉਂ ਕਰਦਾ ਜਦੋਂ ਕਿ ਗੁਰੂ ਗ੍ਰੰਥ ਸਾਹਿਬ ਏਕ ਪਿਤਾ ਏਕ ਸਿੱਖ ਮੁਬਾਰਕ ਦੀ ਗੱਲ ਕਰਦਾ। ਔਰ ਉਹਦੇ ਬਦਲੇ ਦੇ ਵਿੱਚ ਖਾਲਸਾ ਜੀ, ਵਿਚਾਰ ਵਟਾਂਦਰਾ ਤਾਂ ਜ਼ਰੂਰ ਕੀਤਾ ਜਾ ਸਕਦਾ ਸੀ, ਸਾਰੇ ਭਰਾ ਬੈਠ ਕੇ ਗੱਲਬਾਤ ਕਰਦੇ, ਹੈ ਨਾ, ਪਰ ਗਾਲਾਂ ਗੰਦੀਆਂ ਕੱਢਣੀਆਂ ਇਹ ਕੋਈ ਸਿੱਖ ਨਹੀਂ ਹੋ ਸਕਦਾ ਖਾਲਸਾ ਜੀ। ਅਤੇ ਗਰੁੱਪ ਐਡਮਿਨ ਨੇ ਵੀ ਜਿਨ੍ਹਾਂ ਨੇ ਗੰਦੀਆਂ ਗਾਲਾਂ ਕੱਢੀਆਂ ਉਹਨਾਂ ਨੂੰ ਰਿਮੂਵ ਨਹੀਂ ਕੀਤਾ,
ਤੇ ਦੂਜੇ ਮੇਰੇ ਵੀਰਾਂ ਨੇ ਵੀ ਬਰਾਬਰਤਾ ਦੀ ਗੱਲ, ਕਿਉਂਕਿ ਕੌਮ ਦਾ ਮਸਲਾ ਸੀ ਇੰਦਰਜੀਤ ਸਿੰਘ ਦੀ ਪਰਸਨਲ ਲੜਾਈ ਕੋਈ ਵੀ ਨਹੀਂ ਸੀ। ਇੰਦਰਜੀਤ ਸਿੰਘ ਸਿਰਫ ਤੇ ਸਿਰਫ ਬਰਾਬਰਤਾ ਦੀ ਉਹ ਜਿਹੜੀ ਆ ਵੀਡੀਓ ਪਾਈ ਸੀ ਉਹਦੇ 'ਤੇ ਖੜਾ ਸੀ ਵੀ ਹਾਂ ਭਾਈ ਮੈਂ ਪਾਈ ਆ, ਵੀ ਔਰਤ ਜਿਹੜੀ ਆ ਉਹਨੂੰ ਵੀ ਗੁਰੂ ਸਾਹਿਬ ਨੇ ਬਰਾਬਰ ਖੜਾ ਕੀਤਾ, ਇੱਕ ਪਿਤਾ ਇੱਕ ਸਕੇ ਹਮ ਵਾਰਕ। ਅਤੇ ਜੋ ਪਿਆਰੇ ਸ਼ਬਦ ਆ ਉਹ ਲਿੰਗ ਅਤੇ ਪਲਿੰਗ ਦੋਨਾਂ ਨੂੰ ਉਹ ਕਵਰ ਕਰਦਾ। ਪਰ ਉਹਦੇ ਮਸਲੇ ਦੇ ਵਿੱਚ ਦਲੀਲਬਾਜ਼ਾਂ ਨਹੀਂ ਦਿੱਤੀ ਗਈ, ਦਲੀਲਬਾਜ਼ੀ ਨਹੀਂ ਦਿੱਤੀ ਗਈ, ਗੰਦੀਆਂ ਗਾਲਾਂ ਕੱਢੀਆਂ ਗਈਆਂ। ਮੇਰੇ ਵੀਰੋ ਇਹ ਸਿੱਖ ਨਹੀਂ ਹੋ ਸਕਦੇ ਸਾਡੇ ਭਰਾ, ਇਹਨਾਂ ਨੂੰ ਚਾਹੇ ਤਾਂ ਰਿਮੂਵ ਕਰੋ ਅਤੇ ਜਾਵੇ ਸਾਨੂੰ ਛੁੱਟੀਆਂ ਬਖਸ਼ੋ, ਕਿਉਂਕਿ ਨਾ ਅਸੀਂ ਆਪਣੀ ਜ਼ਬਾਨ ਨਹੀਂ ਗੰਦੀ ਕਰ ਸਕਦੇ ਕਿਸੇ ਵੀ ਕੀਮਤ 'ਤੇ। ਅਸੀਂ ਗੱਲਬਾਤ ਹੀ ਕਰ ਸਕਦੇ ਹਾਂ ਹਰੇਕ ਬੰਦੇ ਦੇ ਨਾਲ, ਅਤੇ ਉਹ ਗੱਲਬਾਤ ਵੀ ਬੜੇ ਪਿਆਰ ਦੇ ਨਾਲ, ਔਰ ਉਹ ਵੀ ਸਾਡੀ ਜਿਹੜੀ ਆ ਅਸੀਂ ਸੋਚ ਥੋਪਦੇ ਨਹੀਂ ਕਿਸੇ 'ਤੇ, ਵਿਚਾਰ ਦਿੰਦੇ ਹਾਂ, ਕੋਈ ਨੂੰ ਚੰਗੀ ਲੱਗੇ ਨਹੀਂ ਲੱਗੇ ਵੱਖਰੀ ਗੱਲ ਆ, ਕਿਉਂਕਿ ਹਰ ਬੰਦਾ ਆਪੋ ਆਪਣੇ ਵਿਚਾਰ, ਹਰ ਬੰਦੇ ਦੇ ਆਪੋ ਆਪਣੇ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿੱਥੇ ਹੱਕ ਦਿੱਤਾ ਜੀ, ਕਿਹੜੀ ਮਰਿਆਦਾ 'ਚ ਦਿੱਤਾ ਜੀ, ਅਤੇ ਕਿਹਨੇ ਦਿੱਤਾ ਵਾ ਜੀ, ਇਹ ਦੱਸੋ ਜੀ। ਅਸੀਂ ਤਾਂ ਸੁਣਿਆ ਨਹੀਂ, ਤੁਹਾਡੇ ਇਕੱਲਿਆਂ ਨੇ ਜ਼ਿਆਦਾ ਸੁਣਿਆ ਲੱਗਦਾ ਮੈਨੂੰ ਲੱਗਦਾ, ਤੁਸੀਂ ਮਸ਼ੀਨ ਮਸ਼ੂਨ ਤਾਂ ਨਹੀਂ ਕਰਨ 'ਤੇ ਲਵਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਲੋਵਾਲ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਬਾਕੀ ਗੱਲ ਇੱਦਾਂ ਵੀ ਉਹ ਜਿਹੜਾ ਉੱਥੇ ਜੋ ਘਟਨਾ ਵਾਪਰੀ ਹੈ ਜੋ ਵੀ ਹੋਇਆ ਆ ਉਹ ਤਾਂ ਚਲੋ ਆਪਾਂ ਕਰ ਲਾਂਗੇ ਵਿਚਾਰ ਉੱਥੇ ਬਾਅਦ 'ਚ ਵੀ ਉੱਥੇ ਕੀ ਹੋਇਆ ਵਾ, ਕੀ ਗਲਤ ਹੋਇਆ, ਕੀ ਸਹੀ ਹੋਇਆ। ਇਹਦੇ 'ਚ ਕੋਈ ਸ਼ੱਕ ਨਹੀਂ ਵੀਰੋ ਵੀ ਜਿਹੜੀ ਇਹ ਚਿੱਟੀ ਸਿਉਂਕ ਪੈਦਾ ਹੋਈ ਆ ਨਾ, ਇਹਨਾਂ ਨੇ ਸਿੱਖ ਸਮਾਜ ਦਾ ਮੂੰਹ ਮਹਾਂਦਰਾ ਬਦਲ ਕੇ ਰੱਖ ਦਿੱਤਾ, ਬ੍ਰਾਹਮਣਵਾਦੀ ਰੂਪ ਇਹੋ ਜਿਹਾ ਦੇ ਦਿੱਤਾ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਦੇਖੋ ਵੀ 25-21 ਸਾਲ ਇਹਨਾਂ ਨੇ ਉਹਨਾਂ ਦੀ ਸ਼ਹੀਦੀ ਨੂੰ ਰੋਲ ਦਿੱਤਾ। ਉਹ ਇੱਕ ਬਹੁਤ ਵੱਡੀ ਸਾਜਿਸ਼ ਸੀ, ਪਿੱਛੇ ਗੇਮ ਸੀ RSS ਦੀ, ਕਿਉਂਕਿ ਉਸ ਵੇਲੇ ਕੌਮ ਜਜ਼ਬਾਤੀ ਹੋ ਚੁੱਕੀ ਸੀ। ਉਹਨਾਂ ਨੇ ਕਿੱਡੀ ਵੱਡੀ ਗੇਮ ਖੇਡੀ ਕਿ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂ ਵਾਲੇ ਜਿਉਂਦੇ ਨੇ, ਅਤੇ ਜਿਉਂਦੇ ਹੋਣ ਦੇ ਲਈ ਅਰਦਾਸਾਂ ਹੋਣ ਲੱਗੀਆਂ, ਅਤੇ ਜਿਹੜੇ ਅਗਲੇ ਗਾਹਾਂ ਵਿੱਚ ਸੰਤ ਬ੍ਰਹਮ ਗਿਆਨੀ ਬਣੇ ਹੋਏ ਸੀਗੇ, ਠੀਕ ਨੇ, ਅਤੇ ਉਹ 20-21 ਸਾਲ ਲੋਕਾਂ ਨੂੰ ਗੁੰਮਰਾਹ ਕਰਦੇ ਰਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀਓ, ਮੈਂ ਤਾਂ ਇੰਨੀ ਗੱਲ ਕਹਿਣੀ ਚਾਹੁੰਦਾ ਬਈ ਇਹ ਗੱਲ ਹੈ ਵੀ ਉਹਨਾਂ 'ਚ ਕੋਈ ਬੀਬੀ ਨਹੀਂ ਸੀ, ਗੁਰੂ ਸਾਹਿਬਾਨ ਵਿੱਚ ਵੀ ਕੋਈ ਬੀਬੀ ਨਹੀਂ ਸੀ। ਸਿੱਖ ਨੂੰ ਧੀਆਂ ਵੀ ਪੈਦਾ ਨਹੀਂ ਕਰਨੀਆਂ ਚਾਹੀਦੀਆਂ, ਸਿੱਖ ਨੂੰ ਐਂ ਕਰਨਾ ਚਾਹੀਦਾ ਵੀ ਦੁਨੀਆ ਦੇ ਅੰਦਰੋਂ ਔਰਤਾਂ ਨੂੰ ਖਤਮ ਕਰਨ ਲਈ ਮੋਰਚਾ ਲੈਣਾ ਚਾਹੀਦਾ। ਮੈਂ ਜਿਹੜੇ ਮੇਰੇ ਵੀਰ ਗੱਲ ਕਰ ਰਹੇ ਨੇ ਵੀ ਉਹਨਾਂ ਵਿੱਚ ਕੋਈ ਔਰਤ ਨਹੀਂ ਸੀ, ਕਿਸੇ ਵੀ ਔਰਤ ਨੂੰ ਕਿਸੇ ਸਿੱਖ ਦਾ ਪ੍ਰਸ਼ਾਦਾ ਬਣਾਉਣ ਦੀ ਆਗਿਆ ਨਹੀਂ ਹੋਣੀ ਚਾਹੀਦੀ। ਸਿੱਖ ਨੂੰ ਆਪ ਹੀ ਪ੍ਰਸ਼ਾਦਾ ਬਣਾਉਣਾ ਚਾਹੀਦਾ, ਅਤੇ ਸਿੱਖ ਨੂੰ ਵਿਆਹ ਵੀ ਨਹੀਂ ਕਰਾਉਣਾ ਚਾਹੀਦਾ ਕਿਉਂਕਿ ਵਿਆਹ ਵੀ। ਮੈਂ ਆਪਣੇ ਵੀਰ ਦੀ ਜਿਹੜੇ ਇਹਨਾਂ ਨੇ ਜਵਾਬ ਦਿੱਤਾ ਸੀਗਾ ਇਹਨਾਂ ਨੂੰ ਵੀਰਾਂ ਨੂੰ, ਦੇਖੋ ਬਹੁਤ ਵਧੀਆ ਸੁਚੱਜੇ ਤਰੀਕੇ ਦੇ ਨਾਲ ਇੱਕ ਲੌਜਿਕ ਤਰਕ ਦੇ ਕੇ ਉਹਨਾਂ ਨੇ ਫਿਰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅਗਰ ਬੀਬੀਆਂ ਤੋਂ ਇੰਨੀ ਐਲਰਜੀ ਆ ਤਾਂ ਫਿਰ ਤੁਸੀਂ, ਵੀਰ ਨੇ ਬਾਕੀ ਗੱਲ ਸਮਝਾ ਦੇ ਦਿੱਤੀ ਹੈ ਵੀ ਵਿਆਹ ਸ਼ਾਦੀਆਂ ਵੀ ਜਿਹੜੀਆਂ ਆ ਉਹ ਨਾ ਕਰਾਵੋ ਔਰਤਾਂ ਦੇ ਨਾਲ। ਫਿਰ ਸਾਨੂੰ ਧੀਆਂ ਭੈਣਾਂ ਵੀ ਨਹੀਂ ਜਮਾਉਣੀਆਂ ਚਾਹੀਦੀਆਂ, ਜਾਂ ਫਿਰ ਹੋ ਸਕਦਾ ਤੁਸੀਂ ਉਹ ਹਿੰਦੂਆਂ ਵਾਲਾ ਕੰਮ ਸ਼ੁਰੂ ਕਰ ਦਵੋ, ਧੀਆਂ ਨੂੰ ਜੰਮਦੀਆਂ ਨੂੰ ਮਾਰਨਾ ਸ਼ੁਰੂ ਕਰ ਦਵੋ। ਖੈਰ ਇਹ ਅਬੋਰਸ਼ਨ ਦੀ ਪ੍ਰਥਾ ਤਾਂ ਪਹਿਲਾਂ ਹੀ ਚੱਲ ਰਹੀ ਹੈ ਵੀ ਜੇ ਕੱਖ ਦੇ ਵਿੱਚ ਧੀ ਦਾ ਕਤਲ ਕਰਾ ਦਿੱਤਾ ਜਾਵੇ ਉਹ ਇਹੋ ਜਿਹੇ ਲੋਕਾਂ ਦੀ ਹੀ ਮੇਰਾ ਖਿਆਲ ਹੈ ਉਹਦੇ ਵਿੱਚ ਗਿਣਤੀ ਜ਼ਿਆਦਾ ਹੁੰਦੀ ਹੈ, ਜਿਹੜੇ ਮੇਲ ਔਰ ਫੀਮੇਲ ਬੱਚੇ ਦੇ ਵਿੱਚ ਇੰਨਾ ਅੰਤਰ ਡਿਫਰੈਂਸ ਸਮਝਦੇ ਆ। ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ 572 ਵਾਲੇ ਵੀਰ ਜੀ ਇਹਨਾਂ ਦੇ ਨਾਲ ਵਿਚਾਰ ਕਰਦੇ ਰਹੇ ਆ, ਇਹ ਵਿਚਾਰ ਨਹੀਂ ਦੇ ਰਹੇ। ਹੁਣ ਚਲੋ ਤੁਸੀਂ ਦੱਸੋ ਹੁਣ ਇਹ ਦਸਮ ਦੀ ਬਾਣੀ ਦੇ ਉੱਤੇ ਕਿੰਤੂ ਕਰ ਰਹੇ ਆ, ਹੈ ਨਾ ਜੀ। ਚਲੋ ਜੇ ਇਹਨਾਂ ਨੇ ਮੰਨਣਾ ਮੰਨਣ, ਨਹੀਂ ਮੰਨਣਾ ਨਾ ਮੰਨਣਾ, ਠੀਕ ਹੈ ਨਾ। ਹੁਣ ਤੁਸੀਂ ਦੇਖੋ ਤਖ਼ਤ ਸਾਹਿਬ 'ਤੇ ਅਰਦਾਸ ਹੋ ਰਹੀ ਹੈ, ਪੰਜ ਬਾਣੀ ਦਾ ਨਿਤਨੇਮ ਹੁੰਦਾ ਸਾਰੇ ਪਾਸੇ, ਤੁਸੀਂ ਦਸਮ ਗ੍ਰੰਥ ਪੂਰੇ ਦਾ ਬਾਈਕਾਟ ਕਰਦੇ ਆ ਜਾਂ ਕੁਝ ਬਾਣੀਆਂ ਮੰਨਦੇ ਆ ਜਾਂ ਕੁਝ ਨਹੀਂ ਮੰਨਦੇ? ਕੀ ਜਾਂਦਾ ਬਾਬੇ, ਆਹ ਦੇਖ ਲਓ ਜੀ ਇਹਨਾਂ ਦਾ ਹਾਲ, ਇੰਨੀਆਂ ਗੰਦੀਆਂ ਗਾਲਾਂ, ਗੰਦੀ ਭੱਦੀ ਸ਼ਬਦਾਵਲੀ ਬੋਲਦੇ ਆ ਯਾਰ, ਸ਼ਰਮੇ ਹੈ ਨੇ ਇਹਨਾਂ ਲੋਕਾਂ ਨੂੰ। ਗੁਰੂ ਸਾਹਿਬ ਦੀ ਦੇਖੋ ਅਕਾਲ ਤਖ਼ਤ ਦੀ ਮਰਿਆਦਾ ਨੂੰ ਇਹ ਨਹੀਂ ਮੰਨਦੇ, ਗੁਰੂ ਸਾਹਿਬ ਦੇ ਸਿਧਾਂਤ ਨੂੰ ਵੀ ਬ੍ਰਾਹਮਣਵਾਦੀ। ਗੱਲ ਸੁਣੋ ਵੀਰ, 9-141 ਵਿਚਾਰ ਕਰੋ, ਫਿਰ ਉਹਦੇ ਨਾਲ ਜਿਹੜੀ ਗੱਲ ਉਹ ਵਿਚਾਰ ਕਰਦਾ ਉਹ ਕਰੋ ਵਿਚਾਰ, ਵਿਚਾਰ ਕਰੋ ਨਾ। ਆ ਤੁਸੀਂ ਕੀ ਗਾਲਾਂ ਕੱਢੀ ਜਾਂਦੇ ਹੋ ਅਤੇ ਗੰਦ ਪਾਉਂਦੇ ਹੋ ਅਤੇ ਦਸਮ ਕਰਾਉਂਦੇ ਤੁਸੀਂ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 572 ਵਾਲੇ ਤੇਰਾ ਕੋਈ ਤੈਨੂੰ ਕੁਛ ਨਹੀਂ ਪਤਾ ਲੱਗਣਾ, ਤੇਰਾ ਮਾਇੰਡ ਹੈਗਾ ਵੋਇਸ ਤੈਨੂੰ ਕੁਛ ਨਹੀਂ ਪਤਾ ਲੱਗਣਾ। ਤੇ ਪਾਲ ਰੰਗੜ ਜੀ ਤੁਹਾਨੂੰ ਮੈਂ ਹੋਰ ਵੀ ਗਰੁੱਪ ਜਾਗ ਦੀ ਜ਼ਮੀਰ 'ਚ ਵੀ ਤੁਹਾਨੂੰ ਸੁਣਿਆ ਮੈਂ, ਅਤੇ ਤੁਸੀਂ ਕਿੰਨੀ ਕੁ ਕਰਤੂਤ ਦੇ ਮਾਲਕ ਆ ਮੈਨੂੰ ਪਤਾ ਆ, ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਆ। ਯਾਰ ਹੱਦ ਹੋ ਗਈ 900 ਤੇਰੀ, 9141 ਤੇਰੀ ਹਰ ਸਿਮਰਤ ਹੈ। ਤੂੰ ਕਹਿਣਾ ਗੁਰੂ ਦਾ ਸਿੰਘ ਬਣਦਾ ਤੇ ਗੁਰੂ ਦਾ ਸਿੰਘ ਤੇਰੇ ਵਰਗਾ ਗੁਰੂ ਦਾ ਸਿੰਘ ਹੁੰਦਾ? ਤੂੰ ਗਾਲਾਂ ਕੱਢਦਾ ਤੇ ਬੋਲਦਾ ਤੂੰ ਮਾਵਾਂ ਦੀਆਂ ਭੈਣਾਂ ਦੀਆਂ ਲੋਕਾਂ ਨੂੰ ਤੇ ਇਹ ਸਿੰਘ